ਸਤਿ ਸ਼੍ਰੀ ਅਕਾਲ ਜੀ ਦੈਨਿਕ ਸਵੇਰਾ ਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਤਸਵੀਰਾਂ ਵਿਖਾ ਦਿੰਦੇ ਹਾਂ ਕਿਉਂਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਹੁਣ ਵਿਦੇਸ਼ ਜਾ ਕੇ ਸਕਿੱਲ ਟ੍ਰੇਨਿੰਗ ਲੈਣਗੇ ਤੁਹਾਨੂੰ ਤਸਵੀਰਾਂ ਵਿਖਾ ਦਿੰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਗੱਲ ਕਰੀਏ ਉਹ ਇੱਥੇ ਮੌਜੂਦ ਨੇ ਔਰ ਦੋਨੋਂ ਅੱਜ ਖੁਦ ਆਪਣੇ ਹੱਥਾਂ ਨਾਲ ਇਨ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵੱਲ ਨੂੰ ਰਵਾਨਾ ਕਰਦੇ ਹੋਏ ਨਜ਼ਰ ਆਉਣਗੇ ਸਿੰਗਾਪੁਰ ਜਿੱਥੇ ਸਕਿੱਲ ਦੀ ਟ੍ਰੇਨਿੰਗ ਲੈਣਗੇ ਆ ਟੀਚਰ ਜਿੱਥੇ ਐਜੂਕੇਸ਼ਨ ਸਿਸਟਮ ਨੂੰ ਸਮਝਣਗੇ ਕਿ ਕਿਉਂ ਸਿੰਗਾਪੁਰ ਜਿਹੜਾ ਹੈ ਉਹ ਕੁਛ ਹੀ ਸਮਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਇਆ ਹਾਲਾਂਕਿ ਸਿੰਗਾਪੁਰ ਦੀ ਜਦੋਂ ਸਿੱਖਿਆ ਦੀ ਗੱਲ ਹੁੰਦੀ ਹੈ ਤਾਂ ਨੰਬਰ 1 ਸਿੱਖਿਆ ਦੇ ਵਿੱਚ ਸਿੰਗਾਪੁਰ ਦਾ ਨਾਂ ਹੁੰਦਾ ਔਰ ਹੁਣ ਪੰਜਾਬ ਦੇ ਜਿਹੜੇ ਪ੍ਰਿੰਸੀਪਲ ਨੇ ਉਹ ਸਿੰਗਾਪੁਰ ਜਾ ਕੇ ਉੱਥੋਂ ਦੀ ਸਿੱਖਿਆ ਜਿਹੜੀ ਆ ਉਹ ਸਿੱਖਦੇ ਹੋਏ ਨਜ਼ਰ ਆਉਣਗੇ ਔਰ ਉਹੀ ਮਾਡਲ ਪੰਜਾਬ ਦੇ ਵਿੱਚ ਛੇਤੀ ਅਡੋਪਟ ਹੁੰਦਾ ਨਜ਼ਰ ਆਏਗਾ ਯਾਨੀ ਸਿੰਗਾਪੁਰ ਦੀ ਤਰਜ਼ ਦੇ ਉੱਪਰ ਪੰਜਾਬ ਦੇ ਅੰਦਰ ਮਕੈਨਿਜ਼ਮ ਸੈੱਟ ਹੋਏਗਾ ਜਿਸ ਦੇ ਚਲਦੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਸਕਿੱਲ ਟ੍ਰੇਨਿੰਗ ਦੇ ਨਾਲ ਨਾਲ ਬੱਚਿਆਂ ਨੂੰ ਜਿਹੜੀ ਸਿੱਖਿਆ ਦਾ ਮਨਾਰ ਹੈ ਉਸਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਏਗੀ ਔਰ ਅਗਰ ਅਸੀਂ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਲਗਾਤਾਰ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਇਹਨਾਂ ਦਾ ਇੱਕ ਹੀ ਉਪਰਾਲਾ ਸਿੱਖਿਆ ਅਤੇ ਹੈਲਥ ਸੇਵਾਵਾਂ ਨੂੰ ਬਿਹਤਰ ਕਰਨ ਦਾ ਔਰ ਉਸੀ ਟੀਚੇ ਨੂੰ ਲੈ ਕੇ ਸਰਕਾਰ ਜਿਹੜੀ ਹੈ ਲਗਾਤਾਰ ਨਵੇਂ ਨਵੇਂ ਉਪਰਾਲੇ ਕਰ ਰਹੀ ਹੈ ਤੁਸੀਂ ਵੇਖ ਸਕਦੇ ਹੋ ਜਿਹੜੇ ਪ੍ਰਿੰਸੀਪਲ ਅੱਜ ਸਿੱਧੇ ਤੌਰ 'ਤੇ ਸਿੰਗਾਪੁਰ ਜਾ ਰਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਜਿਹੜੇ ਨੇ ਖੁਦ ਮਿਲ ਰਹੇ ਨੇ ਔਰ ਇੱਥੇ ਉਹਨਾਂ ਨੂੰ ਰੁਖਸਤ ਕੀਤਾ ਜਾ ਰਿਹਾ ਹੈ ਸਿੱਧੇ ਤੌਰ 'ਤੇ ਜਿਹੜਾ ਸਿੰਗਾਪੁਰ ਮਾਡਲ ਹੈ ਉਹ ਸਿੱਖਣ ਲਈ ਆਹ ਪ੍ਰਿੰਸੀਪਲ ਜਿਹੜੇ ਨੇ ਅੱਜ ਸਿੰਗਾਪੁਰ ਰਵਾਨਾ ਹੋ ਰਹੇ ਨੇ ਤਕਰੀਬਨ 4 to 5 ਦਿਨ ਸਿੰਗਾਪੁਰ ਰਹਿਣਗੇ ਔਰ ਉੱਥੋਂ ਦੀ ਸਿੱਖਿਆ ਕ੍ਰਾਂਤੀ ਦੀ ਝਲਕ ਵੇਖਣਗੇ ਕਿ ਕਿਸ ਢੰਗ ਦੇ ਨਾਲ ਸਿੰਗਾਪੁਰ ਦੇ ਵਿੱਚ ਸਿੱਖਿਆ ਕ੍ਰਾਂਤੀ ਆਈ ਕਿਸ ਢੰਗ ਦੇ ਨਾਲ ਸਿੰਗਾਪੁਰ ਜਿਹੜਾ ਹੈ ਉਹ ਸਿੱਖਿਆ ਦੇ ਵਿੱਚ ਨੰਬਰ 1 ਆਇਆ ਕੀ ਕੁਛ ਉੱਥੋਂ ਦਾ ਸਟਰਕਚਰ ਹੈ ਕਿਸ ਢੰਗ ਦਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉੱਥੋਂ ਦਾ ਇਸ ਤੋਂ ਇਲਾਵਾ ਉੱਥੋਂ ਦੇ ਟੀਚਰਾਂ ਦਾ ਸਕਿੱਲ ਕੀ ਹੈ ਟੈਕਨੀਕਲ ਸਕਿੱਲ ਕੀ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਸਿੱਖਿਆ ਦੇ ਵਿੱਚ ਇੰਨੇ ਚੰਗੇ ਨਹੀਂ ਹੈ ਉਹਨਾਂ ਨੂੰ ਖੇਲਾਂ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਕੀ ਕੁਛ ਸਿਖਾਇਆ ਜਾਂਦਾ ਇਹ ਸਾਰੀ ਟ੍ਰੇਨਿੰਗ ਜਿਹੜੀ ਹੈ ਪੰਜਾਬ ਦੇ ਪ੍ਰਿੰਸੀਪਲ ਲੈਂਦੇ ਹੋਏ ਨਜ਼ਰ ਆਉਣਗੇ ਔਰ ਹੁਣ ਆਹ ਪ੍ਰਿੰਸੀਪਲ ਜਿਹੜੇ ਨੇ ਹੁਣ ਤੁਸੀਂ ਵੇਖ ਸਕਦੇ ਹੋ ਕਿ ਸੀ ਐਮ ਭਗਵੰਤ ਮਾਨ ਜਿਹੜੇ ਨੇ ਇੱਕ ਇੱਕ ਟੀਚਰ ਨੂੰ ਮਿਲ ਰਹੇ ਨੇ ਔਰ ਉਸ ਤੋਂ ਬਾਅਦ ਆਹ ਟੀਚਰ ਜਿਹੜੇ ਨੇ ਸਿੱਧੇ ਤੌਰ 'ਤੇ ਬੱਸਾਂ ਦੇ ਵਿੱਚ ਬੈਠਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਥੋਂ ਸਿੱਧਾ ਇਹਨਾਂ ਨੂੰ ਏਅਰਪੋਰਟ ਲੈ ਕੇ ਜਾਇਆ ਜਾਊਗਾ ਏਅਰਪੋਰਟ ਤੋਂ ਆ ਸਿੰਗਾਪੁਰ ਦੀ ਫਲਾਈਟ ਫੜਨਗੇ ਔਰ ਫਿਰ ਸਿੱਧਾ ਸਿੰਗਾਪੁਰ ਰਵਾਨਾ ਹੁੰਦੇ ਹੋਏ ਆ ਟੀਚਰ ਨਜ਼ਰ ਆਉਣਗੇ ਔਰ ਉਸ ਤੋਂ ਬਾਅਦ 5 ਦਿਨ ਦੀ ਨਿੱਜੀ ਜਿਹੜੀ ਟ੍ਰੇਨਿੰਗ ਰਹੇਗੀ ਉਸ 5 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਇਹ ਸਿੰਗਾਪੁਰ ਦਾ ਮਾਡਲ ਪੰਜਾਬ ਲੈ ਕੇ ਆਉਣਗੇ ਔਰ ਜਿਸ ਢੰਗ ਦੇ ਨਾਲ ਕੱਲ੍ਹ ਵੀ ਸਿੱਖਿਆ ਮੰਤਰੀ ਦੀ ਤਰਫੋਂ ਇਨ ਟੀਚਰਾਂ ਦੇ ਨਾਲ ਇੰਟਰੈਕਟ ਕੀਤਾ ਗਿਆ ਸੀ ਅਤੇ ਸਪੱਸ਼ਟ ਲਫਜ਼ਾਂ ਦੇ ਵਿੱਚ ਇਹ ਟੀਚਰ ਕਹਿੰਦੇ ਨਜ਼ਰ ਆਏ ਸੀ ਕਿ ਜੋ ਵੀ ਹੈ ਉੱਥੋਂ ਸਿੱਖਣਗੇ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਮਨਾਰ ਜਿਹੜਾ ਉਹ ਉੱਚਾ ਹੋ ਸਕੇ ਤਸਵੀਰ ਤੁਹਾਨੂੰ ਸਿੱਧੀ ਵਿਖਾ ਰਹੇ ਹਾਂ ਕਿ ਜਿਸ ਢੰਗ ਦੇ ਨਾਲ ਮੁੱਖ ਮੰਤਰੀ ਜਿਹੜੇ ਨੇ ਉਹ ਖੁਦ ਪ੍ਰਿੰਸੀਪਲਾਂ ਨਾਲ ਇੰਟਰੈਕਟ ਕਰਦੇ ਨਜ਼ਰ ਆ ਰਹੇ ਨੇ ਔਰ ਪ੍ਰਿੰਸੀਪਲ ਵੀ ਸਪੱਸ਼ਟ ਲਫਜ਼ਾਂ ਦੇ ਵਿੱਚ ਕਹਿੰਦੇ ਨੇ ਕਿ ਪਹਿਲੀਆਂ ਸਰਕਾਰਾਂ ਵੀ ਹੋਈਆਂ ਲੇਕਿਨ ਕਦੇ ਮੁੱਖ ਮੰਤਰੀ ਜਿਹੜੇ ਨੇ ਉਹ ਪ੍ਰਿੰਸੀਪਲਾਂ ਨਾਲ ਜਾਂ ਫਿਰ ਸਿੱਖਿਆ ਮੰਤਰੀ ਜਿਹੜੇ ਨੇ ਪ੍ਰਿੰਸੀਪਲਾਂ ਨਾਲ ਇਸ ਤਰ੍ਹਾਂ ਇੰਟਰੈਕਟ ਕਰਦੇ ਨਜ਼ਰ ਨਹੀਂ ਆਏ ਜਿਸ ਤਰ੍ਹਾਂ ਦਾ ਇੰਟਰੈਕਸ਼ਨ ਅੱਜ ਮੁੱਖ ਮੰਤਰੀ ਔਰ ਸਿੱਖਿਆ ਮੰਤਰੀ ਜਿਹੜੇ ਨੇ ਪ੍ਰਿੰਸੀਪਲਾਂ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਸਪੱਸ਼ਟ ਤਸਵੀਰ ਹੈ ਸੈਕਟਰ 26 ਦੀ ਤਸਵੀਰ ਹੈ ਸੈਕਟਰ 26 ਦੇ ਵਿੱਚ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਨਾਲ ਇੰਟਰੈਕਟ ਕਰਕੇ ਇਨ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਲਈ ਰਵਾਨਾ ਕੀਤਾ ਜਾ ਰਿਹਾ ਮੁੱਖ ਮੰਤਰੀ ਖੁਦ ਇੱਥੇ ਪਹੁੰਚੇ ਨੇ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਟੀਚਰ ਜਿਹੜੇ ਨੇ ਉਹ ਇੰਟਰਨੈਸ਼ਨਲ ਟ੍ਰੇਨਿੰਗ ਲਈ ਸਿੰਗਾਪੁਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਜਿਹੜੀ ਆ ਉਹ ਤੁਹਾਨੂੰ ਸਿੱਧੇ ਤੌਰ 'ਤੇ ਵਿਖਾ ਰਹੇ ਹਾਂ ਕਿਉਂਕਿ ਹਰੀ ਝੰਡੀ ਦਿੱਤੀ ਜਾਊਗੀ ਇਸ ਬੱਸ ਨੂੰ ਹਰੀ ਝੰਡੀ ਦੇ ਕੇ ਸਿੱਧੇ ਤੌਰ 'ਤੇ ਸਿੰਗਾਪੁਰ ਰਵਾਨਾ ਕੀਤੇ ਜਾਣਗੇ ਆ ਪ੍ਰਿੰਸੀਪਲ ਤਸਵੀਰ ਜ਼ਰੂਰ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਕਿਸ ਢੰਗ ਦੀ ਤਸਵੀਰ ਜਿਹੜੀ ਹੈ ਇੱਥੇ ਵੇਖਣ ਨੂੰ ਮਿਲ ਰਹੀ ਹੈ ਇੱਕ ਇੱਕ ਕਰਕੇ ਪ੍ਰਿੰਸੀਪਲ ਜਿਹੜੇ ਨੇ ਮੁੱਖ ਮੰਤਰੀ ਨੂੰ ਮਿਲਣ ਲਈ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਨੇ ਇੱਕ ਇੱਕ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੀ ਟੀਚਾ ਲੈ ਕੇ ਆ ਪ੍ਰਿੰਸੀਪਲ ਜਿਹੜੇ ਨੇ ਉਹ ਵਿਦੇਸ਼ ਵੱਲ ਨੂੰ ਰਵਾਨਾ ਹੁੰਦੇ ਹੋਏ ਨਜ਼ਰ ਆਉਣਗੇ ਤੁਹਾਨੂੰ ਜ਼ਰੂਰ ਤਸਵੀਰ ਵਿਖਾ ਰਹੇ ਹਾਂ ਜਿਸ ਢੰਗ ਦੀ ਤਸਵੀਰ ਇੱਥੇ ਵੇਖਣ ਨੂੰ ਮਿਲ ਰਹੀ ਹੈ ਰਵਾਨਾ
आ तस्वीर थानू विखा रहे जिस ढंग के नाल मुख्यमंत्री दे नाल इंटरैक्ट करके आ टीचर जिहड़े ने बस वालू वधे हुए नजर आते हैं बस के बहते ने क्योंकि सीधे तौर पर आही बस जी है इन टीचरों को एयरपोर्ट लैके जाऊगी जिथों है सिंगापुर की फ्लाइट फड़ते हुए नजर आएंगे। कुछ क्राइटीरिया जिहड़ा जरूर इन प्रिंसीपलों का फिक्स किया गया सी मैरिट के आधार से इन प्रिंसीपलों का चयन होया मैरिट के आधार से यह उस लिस्ट के शामिल हुए हैं जिहड़े इंटरनेशनल ट्रेनिंग लेंदे नजर आएंगे। तकरीबन 36 वख-वख स्कूलों के प्रिंसीपल जिहड़े ने वह फाइनल किए गए हैं। कुछ शर्तां जरूर इस दे विच रखियां गईयां सी चाहे उस दे विच रिटायरमेंट की शर्त होए कि 5 साल जिहड़े ने या फिर होर कई शर्तां जिहड़ियां ने वह इस पूरे टेस्ट दे विच शामिल कीतियां गईयां सी। मैरिट दे पॉइंट जिहड़े ने वह मद्देनज़र रखे गए और जिस ढंग दे नाल इन्हां दा चयन होया उसनूं लैके आ प्रिंसीपल भी कहिंदे हुए नज़र आए सी कि पहली बार होया कि किसी तरह की सिफारिश जिहड़ी है इस चयन दे विच नज़र नहीं आई बल्कि मैरिट के आधार से इन्हों सिलेक्ट किया गया और हूँ इन्हों इंटरनेशनल ट्रेनिंग लिए सिंगापुर भेजा जा रहा। थोड़ा तस्वीर जरूर विखा रहे सीधिया तस्वीर ने सैक्टर 26 तो क्योंकि कुछ ही देर दे विच आ बस जी है इतों सिंगापुर एयरपोर्ट जिहड़ा है सीधे तौर पर जिहड़ा चंडीगढ़ इंटरनेशनल एयरपोर्ट है उत्थों लई रवाना होएगी जिथे आ टीचर जिहड़े ने स्पष्ट लफ्ज़ां दे विच सिंगापुर की फ्लाइट फड़दे हुए नज़र आएंगे। एक एक टीचर दे नाल तुसीं वेख सकदे हो कि 36 दे 36 जिहड़े प्रिंसीपल ने उन्हां दे नाल मुख्यमंत्री जिहड़े ने एक एक करके इंटरैक्ट कर रहे हैं उन्हां दी गल सुन रहे हैं उन्हां दी गल सुनने तो बाद उन्हां नूं अपनी गल दसदे हुए नज़र आ रहे हैं। आ तुसी सामने जिहड़ी तस्वीर वेख रहे हो एक एक करके टीचर जिहड़े ने अपनी गल दसदे ने मुख्यमंत्री नूं उस तो बाद बस वल्लों रवाना होंदे ने और मुख्यमंत्री भी उन्हां दी गल्लां दा जवाब दिंदे ने उन्हां नूं और उस तो बाद उन्हां नूं बस वल्लों रवाना किया जाता है। तस्वीर जिहड़ी है वह तुहानूं सीधी विखा रहे हां अकैडमी है सिंगापुर के प्रिंसीपल्स अकैडमी सिंगापुर उत्थे इन्हां दी प्रोफेसनल ट्रेनिंग होगी और बकायदा जिहड़े ने जिहड़े इंटरनेशनल प्रसिद्धि प्राप्त जिहड़े कोचेस ने वह इन्हां नूं नवें नवें तरीके पढ़ाउण दे नवें नवें तरीके बच्चों अगे वधाउण दे उन्हां दी सोच नूं बदलण दे वो आके इत्थे सिखाउणगे। 11 तरीक नूं इह सारे सारा बैच जिहड़ा वापस आ जाऊगा और साडा हैल्थ एंड एजुकेशन साडा पहले दिनों प्रायोरिटी सी ते जिस तरह दिल्ली दे विच स्कूलों का काया पलट होया उस तरह असीं पंजाब दे विच स्कूलों का काया पलट करांगे और अरविंद केजरीवाल जी ने जो सुपना क्रांतिकारी एजुकेशन ते क्रांतिकारी हैल्थ सिस्टम जिहड़ा वो जिहड़ा सुपना उन्होंने लिया वह भी अज साकार होने जा रहा है ते पंजाब देश दे विच एक अलग स्थान बनाऊगा एजुकेशन दे मामले च सिक्ख्या दे मामले च। साडे कोले बहुत कमाल दे टीचर्स ने टैलेंट की कोई कमी नहीं साडे कोले बहुत कमाल दे स्टूडेंट ने टैलेंट की कोई कमी नहीं थोड़ा जिहा प्लेटफॉर्म की जां उन्हां नूं अपडेट करन की कमी सी जो कि असीं अज तों आरंभ करती है कि अपडेट रहांगे दुनिया नाल क्योंकि अज दी डेट च दुनिया एक पिंड बन गई है ग्लोबलाइजेशन करके जिथे अमेरिका के बच्चे जिथे नाइजीरिया के बच्चे जिथे श्रीलंका के बच्चे जिथे आस्ट्रेलिया के बच्चे सिंगापुर के हॉलैंड के बेलजियम फ्रांस के बच्चे पेपर देंगे ने वो एको जगह बन गई हूँ सो पानी जिहड़ा एको पुल थलों की लंघन लग गया उत्थे जाके साडे बच्चे थोड़ा जिहा नर्वस फील कर जाते हैं जां थोड़ा जिहा पिछे रह जाते हैं कि आह चीज़ां सानूं पढ़ाईआं नहीं गईआं जिहड़ियां क्योंकि पेपर एक थां ते हो रहा है पर फैसिलिटियां उन्नियां नहीं मिलियां तां फिर असीं ये फैसला किया कि 36 प्रिंसीपलों का जिहड़ा पूरे पंजाब तो प्रिंसीपल चुने हुए हैं इस तरीके की प्लानिंग की कि जिहड़े 36 मुड़ के आउणगे इन्हां नूं पंजाब दे स्कूलों किस तरीके नाल भेजा जाणा कि बाकी स्कूलों नूं भी ट्रेनिंग दे सकन आपदे कोलीग्स नूं आके पहलां ट्रेनिंग होवे फिर 36 का जिहड़ा असीं उहदा पद्धर का भी असीं चैक रखांगे कि की फर्क पिया उस तों बाद अगले बैच भी जाणगे फिनलैंड भी जाणगे बहुत सारे जिथे भी टीचिंग ट्रेनिंग के कोई लेटैसट तरीके है असी कोई छड्डांगे नहीं तो एजुकेशन वास्ते असी बजट भी बहुत जिहड़ा आने वाले बजट भी वधा रहे हैं एजुकेशन का बजट सो साडे पंजाब का कोई बच्चा जदों किते जावे तो उन्होंने ये पूछा जाए तू किथे पढ़िया होया जदों वो कहे मैं पंजाब का स्टूडेंट हाँ पंजाब तो मैं डिग्री ली है तो ये जिहड़े इंटरव्यू लैण वाले ने उन्होंने ये पता होवे कि इहदा मतलब जिहड़ा पंजाब तो आया इहदा मतलब उहदे कोले लेटैसट टैक्नीक्स है ने एजुकेशन दियाँ वो लेटैस्ट पढ़ाई करके इतने साढ़े को आया सिंगापुर के एक अकैडमी है प्रिंसीपल्स अकैडमी जो कि बहुत वधिया तरीके चल रही है काफ़ी मुल्कों तो जिहड़े
टीचर ने उत्थे ट्रेनिंग लैन आउंदे ने। तो सिंगापुर च आई आई टी भी सिंगापुर दे विच हैगी है, जिहदी दिल्ली नाल साडी कोलाबरेशन चल रही है। एक आई आई टी असीं उत्थे खोली हुई है दिल्ली दे विच सिंगापुर दी कोलाबरेशन नाल। सो सीखण वास्ते कितें भी जाया जा सकता, कोई बड़ा छोटा नहीं, सिख्या तां कितों भी जा सकता, बस किसी बच्चे तो भी सीख्या जा सकता। सो अज मैं बधाई भी दूंगा साडे एजुकेशन मिनिस्टर मिस्टर हरजोत बैंस जी और साडे सैकटरी एजुकेशन और उन्होंने सारी टीम नू कि उन्होंने इन्ना वड्डा इनिशिएटिव लिया। तो अज सारे प्रिंसीपल जिहड़े मिल के गए ने वो यही कह के गए ने जी कदे जिंदगी सोचा नहीं सी कि इस तरह का भी सानू एक्सपीरियंस होगा कि असी आके अपने प्यारे बच्चों नू जिहड़ा वो अपना तजर्बा होर वधिया तरीके नाल जिहड़ा सांझा करके उन्होंने कुछ ना कुछ बनावांगे। सो जे माली जिहड़ा वह अपने बाग नू चंगी तरह सिंजदा तां उहदे जिहड़े लाए हुए बूटे ने वो फल फुल ते छां दिंदे ने। सो असी अपने वालों कोई एफर्ट नहीं छड्डांगे कि पंजाब दे स्कूल नंबर वन बनाए जाए। बहुत जल्दी बिलकुल बिलकुल जिस तरह दिल्ली च होया, इस वक्त दिल्ली दे विच लोग जिहड़े प्राइवेट स्कूलों चो बच्चों हटा के सरकारी चला रहे ने। और क्योंकि दिल्ली दे विच एक मजदूर का बच्चा, एक झुग्गी झोपड़ी वाले का बच्चा, एक जज का बच्चा इको बेंच ते बह के पढ़ रहे ने, इको किताब पढ़ रहे ने। नहीं तो इत्थे बहुत फर्क सीगा, जिहड़े अमीर ने उन्हां दीआं किताबां होर ने, उन्हां दे स्कूल होर ने, उन्हां दे टीचर होर ने, गरीबां दे जिहड़े किताबां होर ने, सिलेबस होर है। सो असी जदों सब कुछ इक करता, लैवल इक करता, ਇਹ ਫਿਰ ਲੋਕ ਪੰਜਾਬ ਆਉਣ ਵਾਲੇ ਮਹੀਨਿਆਂ 'ਚ ਮੈਂ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਦੀ ਮਰਜ਼ੀ ਹੋਊਗੀ। ਜੇ ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਓ, ਜੇ ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਓ, ਪੜ੍ਹਾਈ 'ਚ ਕੋਈ ਫਰਕ ਨਹੀਂ। ਹਾਂ, ਉੱਧਰ ਫੀਸ ਦੇਣੀ ਪਊ, ਇੱਧਰ ਫੀਸ ਵੀ ਮਾਫ਼। ਯੋਗਾ ਕਲਾਸਾਂ ਸ਼ੁਰੂ ਕਰਨ ਜਾ ਰਹੀ ਹੈ ਜੀ ਪੰਜਾਬ ਸਰਕਾਰ। ਬਿਲਕੁਲ, ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਸ ਢੰਗ ਦੇ ਨਾਲ ਕਹਿੰਦੇ ਹੋਏ ਨਜ਼ਰ ਆਏ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡੀ ਸਿੱਖਿਆ ਕ੍ਰਾਂਤੀ ਜਿਹੜੀ ਹੈ ਉਹ ਵੇਖਣ ਨੂੰ ਮਿਲੇਗੀ। ਭਗਵੰਤ ਮਾਨ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨਜ਼ਰ ਆਏ ਕਿ ਆਹ ਟੀਚਰ ਜਿਹੜੇ ਵਿਦੇਸ਼ ਤੋਂ ਟ੍ਰੇਨਿੰਗ ਲੈ ਕੇ ਆਉਣਗੇ, ਇਹ ਪੰਜਾਬ ਦੇ ਵਿੱਚ ਆਪਣੇ ਹੋਰ ਜਿਹੜੇ ਸਹਿਯੋਗੀ ਆ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨਜ਼ਰ ਆਉਣਗੇ ਔਰ ਇੱਕ ਨਵਾਂ ਮਾਡਲ ਪੰਜਾਬ ਦੇ ਵਿੱਚ ਤਿਆਰ ਹੋਊਗਾ ਜਿਹੜਾ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਊਗਾ। ਔਰ ਆਹ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਸਿੱਖਿਆ ਦੇ ਮੁਨਾਰ ਨੂੰ ਉੱਤੇ ਚੁੱਕਦੀ ਹੋਈ ਨਜ਼ਰ ਆਊਗੀ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।